ਜਾਓ ਚੋਣਾ ਦੇਖਾਂਗੇ ਜਿਹੜਾ ਅੱਜ ਲਗਭਗ 28 ਕ ਦਿਨ ਦਾ ਹੋ ਗਿਆ ਤੇ ਕਰੰਟ ਹੋ ਗਿਆ ਸੀਗਾ ਹੁਣ ਤੱਕ ਇਹਨੂੰ ਕੀ ਪਾਇਆ ਤੇ ਕੀ ਇਹਦੀ ਸਥਿਤੀ ਹੈ ਇਹ ਸਾਰੇ ਬਾਰੇ ਇਸ ਵੀਡੀਓ ਚ ਗੱਲ ਕਰਦਾ ਹਾਂ ਕੁਲਦੀਪ ਸਿੰਘ ਸ਼ੇਰਗਲ ਮਰਖਾਈ ਵੱਲੋਂ ਸਾਰੇ ਕਿਸਾਨ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ ਜੇਕਰ ਨਵੇਂ ਹੋ ਤਾਂ ਆਪਣਾ YouTube ਚੈਨਲ ਮੇਰੀ ਖੇਤੀ ਮੇਰਾ ਕਿਸਾਨ ਜਾਂ Facebook ਪੇਜ ਮੇਰਾ ਪੰਜਾਬ ਮੇਰਾ ਕਿਸਾਨ ਜੁਆਇਨ ਕਰ ਸਕਦੇ ਹੋ ਦੋਸਤੋ ਇਹ ਹੈ ਉਹ ਚੋਣਾ ਵੇ ਜਿੱਦ ਨੇ ਦੀ ਆਪਾਂ ਬਜਾਈ ਕੀਤੀ 4 ਕ ਦਿਨ ਬਾਅਦ ਵਰਖਾ ਹੋ ਗਈ ਤੇ ਕਰੰਡ ਹੋ ਗਿਆ ਉਸ ਤੋਂ ਬਾਅਦ ਚ ਇਹਨੂੰ ਹਲਕਾ ਜਿਹਾ ਪਾਣੀ ਲਾ ਕੇ ਤੇ ਬਾਹਰ ਕੱਢ ਲਿਆ ਗਿਆ ਹੁਣ ਤੱਕ ਇਹਨੂੰ ਲਗਭਗ 3 ਪਾਣੀ ਦੇ ਚੁਕੇ ਆ ਤੇ ਦੂਸਰੇ ਪਾਣੀ ਦੇ ਉੱਪਰ ਜਿਹੜੀ ਆਪਣੀ ਪਟੇਲਾ ਕਲੋਰ 37% ای ڈبلیو ہے ਉਹ 600 ਐਮ ਐਲ ਖੜੇ ਪਾਣੀ ਦੇ ਵਿੱਚ ਪਾ ਦਿੱਤੀ ਗਈ ਸੀਗੀ ਬਿਜਾਈ ਦੇ ਸਮੇ ਇਹ ਦੂਰ ਤੱਕ ਇਹੀ ਚੋਨਾ ਦਿਖਾਈ ਦੇ ਰਿਹਾ ਜਿਸ ਸਾਈਡ ਤੋਂ ਮੈਂ ਰਿਕਾਰਡ ਕਰ ਰਿਹਾ ਐ ਐਸ ਸਾਈਡ ਰਾਹ ਹੈ ਤੇ ਇਹ ਰਾਹ ਵਾਲੇ ਪਾਸਿਓਂ ਨਾ ਇਹ ਤੁਸੀਂ ਦੇਖ ਰਹੇ ਹੋ ਇਹ ਰਾਹ ਹੈ ਤੇ ਇਧਰੋਂ ਜਿਹੜਾ ਨੇਰੀ ਆਉਂਦੀ ਹੈ ਤੇ ਫਾੜ ਵਾਈਦੀ ਹੈ ਫਾੜ ਵੰਜੂ ਅੱਜ ਕੇ ਸਾੜ ਦਿੰਦਾ ਜਿਵੇਂ ਆਹ ਬੁੱਟੇ ਤੁਸੀਂ ਦੇਖ ਰਹੇ ਹੋ ਕਿ ਇਹ ਜਿਹੜੇ ਹੈਗੇ ਆ ਸਾਰੇ ਸੜੇ ਹੋਏ ਐ ਪਰਤੂ ਇਹਨੂੰ ਕੋਈ ਦਿੱਕਤ ਨਹੀਂ ਗਈ ਇਹ ਇਹ ਚੱਲ ਪੈਂਦਾ ਕੋਈ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਤੇ ਬਿਜਾਈ ਦੇ ਸਮੇ 25 ਕੋ ਕਿਲੋ ਡੀਏਪ ਪਾ ਕੇ ਇਹਦੀ ਬਿਜਾਈ ਕੀਤੀ ਸੀਗੀ ਕਿਉਂਕਿ ਇਹਨੂੰ ਇੱਕ ਪਾਣੀ ਪਹਿਲਾਂ ਜਲਦੀ ਲੱਗ ਗਿਆ ਤੇ ਜਲਦੀ ਪੀਲਾਪਣੇ ਨੇ ਦਿਖਾਇਆ ਤੇ ਇਹਨੂੰ ਦੋ ਵਾਰ ਅੱਧੀ ਅੱਧੀ ਬੋਰੀ ਕਰਕੇ ਯੂਰੀਆ ਦੀ ਪੈ ਚੁੱਕੀ ਹੈ ਤੇ 7 ਕਿਲੋਗ੍ਰam 33% ਵਾਲੀ ਜ਼ਿੰਕ ਇਹਨੂੰ ਪੈ ਚੁੱਕੀ ਹੈ ਜਿਹੜੀ ਹੁਣੇ ਯੂਰੀਆ ਪਾਈ ਹੈ ਪਿਛਲੇ ਟਾਈਮ ਦੇ ਵਿੱਚ ਤਾਂ ਪਹਿਲਾਂ ਤੇ ਦੇਖੋ ਕਿ ਜਗ੍ਹਾ ਤੁਸੀਂ ਉੱਪਰੋਂ ਤਾਂ ਪੂਰੀ ਸੁੱਕੀ ਹੋਈ ਐ ਤੇ ਅੰਦਰੋਂ ਗਿੱਲੀ ਐ ਤੇ ਜਿਵੇਂ ਇਸ ਤਰੀ ਬਹੁਤ ਸਾਰੇ ਕਿਸਾਨ ਇਸ ਗੱਲ ਨੂੰ ਮੰਨ ਰਹੇ ਐ ਕਿ ਜਿਵੇਂ ਜਿਵੇਂ ਝੋਨੇ ਨੂੰ ਸਕਾਰੇ ਆਂ ਓਵੇਂ ਓਵੇਂ ਝੋਨਾ ਜਿਹੜਾ ਫੋਟ ਜ਼ਿਆਦਾ ਕਰਿਆ ਐ ਤਾਂ ਇਹਨੂੰ ਹੁਣ ਤੁਸੀਂ ਇੱਕ ਚੀਜ਼ ਐ ਦੇਖੋ ਕਿ ਪੂਰੀਆਂ ਪੇਪੜੀਆਂ ਉਟੀਆਂ ਪਈਆਂ ਕਿਉਂਕਿ ਇਸ ਤਰੀ ਪ੍ਰੈਸ ਵੀਲ ਵਾਲੀ ਮਸ਼ੀਨ ਸੀਗੀ ਪ੍ਰੈਸ ਵੀਲ ਵਾਲੀ ਮਸ਼ੀਨ ਦੇ ਨਾਲ ਜਿਹੜੇ ਸਾਈਡਾਂ ਵਾਲੇ ਸਿਆੜ ਐ ਉਹ ਵੀ ਵਧੀਆ ਉੱਗੇ ਐ ਕੋਈ ਦਿੱਕਤ ਨਹੀਂ ਹੁਣ ਆ ਦੇਖੋ ਇਹਨਾਂ ਉੱਚਾ ਥਾਂ ਹੈ ਸਿਰੇ ਦਾ ਕਾਲਾ ਬੂਟਾ ਤੇ ਸਾਰੇ ਖੇਤ ਦੇ ਨਾਲੋਂ ਜ਼ਿਆਦਾ ਫੋਟ ਹੈ ਇਹਨਾਂ ਬੂਟਿਆਂ ਦੀ ਜਿਹੜੇ ਵੀ ਸਿੱਧੇ ਬਜਾਈ ਕਰਦੇ ਉਹਨਾਂ ਨੂੰ ਪਤਾ ਹੈ ਕਿ ਜਦੋਂ ਖੇਤ ਸੁੱਕਾ ਹੁੰਦਾ ਉਦੋਂ ਦੇਖਣ ਨੂੰ ਪੈੜਾ ਲੱਗਦਾ ਤੇ ਜਿਹੜੀ ਇਹ ਪਿਛਲੀ ਯੂਰੀਆ ਪਾਈ ਸੀਗੀ ਜਿਹੜਾ ਫਰਟੀਲਾਈਜ਼ਰ ਸਪਰੈਡਰ ਹੈ ਉਹਦੇ ਨਾਲ ਪਾਈ ਸੀਗੀ ਇਹ ਟਰੈਕਟਰ ਇਹਦੇ ਵਿੱਚ ਨਗਾਹਤਾ ਸੀਗਾ ਉਹਦੇ ਮਗਰਲੇ ਪਾਸੇ ਇਹ ਇਹ ਯੂਰੀਆ ਵਾਲੀ ਚੱਕ ਕੇ ਤੇ ਅੱਧੇ ਅੱਧੀ ਬੋਰੀ ਦਾ ਛਿੱਟਾ ਦਿੱਤਾ ਸੀਗਾ ਇੱਥੇ ਮੈਂ ਤੁਹਾਨੂੰ ਨਿਸ਼ਾਨ ਵੀ ਦਿਖਾਵਾਂਗਾ ਟਰੈਕਟਰ ਦੇ ਪਰੰਤੂ ਬੁੱਟਿਆਂ ਨੂੰ ਕੋਈ ਫਰਕ ਨਹੀਂ ਪਿਆ ਤਾਂ ਕੁੱਲ ਮਿਲਾ ਕੇ ਬਈ 28 ਦਿਨ ਦਾ ਝੋਨਾ ਹੈ ਦੋ ਵਾਰ ਅੱਧੇ ਅੱਧੀ ਯੂਰੀਆ ਪੈ ਗਈ ਹੈ ਜ਼ਿੰਕ ਪੈ ਗਈ ਹੈ ਡੀਏਪ ਨਾਲ ਕੀਰਤੀ ਸੀਗੀ ਇਹ ਦੇਖੋ ਇਹ ਬੁੱਟੇ ਜਿਹੜੋਂ ਟਰੈਕਟਰ ਲੰਘਿਆ ਉਸ ਸਮੇਂ ਨੱਪੇ ਗਏ ਹੈ ਲੇਕਿਨ ਬਹੁਤ ਵਧੀਆ ਹੋ ਗਿਆ ਹੈ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਹਾਂ ਖੇਤ యਹਾ ਸੁੱਕਾ ਸੀ ਜਿਸ ਟਾਈਮ ਤੇ ਯੂਰੀਆ ਪਾਈ ਗਈ ਹੈ ਤੇ ਖੇਤ ਬਿਲਕੁਲ ਪੀਲਾ ਹੋ ਗਿਆ ਸੀਗਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸੋਹਣਾ ਝੋਨਾ ਹੈ ਫਟਾਰਾ ਬਹੁਤ ਸੋਹਣਾ ਹੈ ਤੇ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਹੈਗੀ ਹਾਂ ਉਹ ਜਿਹੜੇ ਵੀਰ ਇਹ ਸੋਚਦੇ ਆ ਕਿ ਲਗਾਤਾਰ ਪਾਣੀ ਭਰ ਕੇ ਰੱਖਣ ਦੇ ਨਾਲ ਫੋਟ ਜ਼ਿਆਦਾ ਹੋਏਗੀ ਤਾਂ ਉਹਨਾਂ ਨੂੰ ਕਹਿਣਾ ਚਾਹਣਾ ਹੈ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਝੋਨਾ ਜਿਹੜਾ ਹੈਗਾ ਤੁਹਾਡੇ ਸਾਹਮਣੇ ਹੈ ਇਹ ਬਿਨਾ ਪਾਣੀ ਤੋਂ ਵਧੀਆ ਫੋਟ ਕਰ ਰਿਹਾ ਹੈ ਹਾਂ ਉਹਨਾਂ ਜ਼ਮੀਨਾਂ ਦੀ ਮੈਂ ਗੱਲ ਨਹੀਂ ਕਰਦਾ ਜਿੱਥੇ ਕਿ ਜੇ ਪਾਣੀ ਨਾ ਲੱਗੇ ਤਾਂ ਬਹੁਤ ਵੱਡੀਆਂ ਵੱਡੀਆਂ ਤਰੇੜਾਂ ਪਾਟ ਜਾਂਦੀਆਂ ਹਾਂ ਉੱਥੇ ਸੋਚਣਾ ਜ਼ਰੂਰ ਬਣਦਾ ਹੈ ਧੰਨਵਾਦ ਦੋਸਤੋ ਮਿਹਰਬਾਨੀ